Hello friends today's topic is describe a problem you had while shopping online or in a store koi problem bare describe karo jehdi tuhanu aayi hoye shopping karde waqt chahe online hoye ya tusi store te kiti hoye shopping so guys if you are watching my video first time then please like share and subscribe my channel so let's get started so first is the apa queue discuss karde hain when it happened kadon hoya eh what you bought ki khareeda tusi but problem you had ki problem aayi and explain how you felt about the experience ਐਂਡ ਐਕਸਪੀਰੀਅੰਸ ਕਰੋਗੇ ਤੁਸੀਂ ਕੀ ਫੀਲ ਕੀਤਾ ਹਾਲ ਐਕਸਪੀਰੀਅੰਸ ਦੇ ਬਾਰੇ ਮੈਮ ਪੈਸ਼ਨੇਟ ਅਬਾਊਟ ਸ਼ੋਪਿੰਗ ਐਸ ਆਈ ਲਵ ਟੂ ਐਕਸਪਲੋਰ ਨਿਊ ਥਿੰਗਸ ਵਿਚ ਇਜ਼ ਇਨ ਐਨ ਇੰਟਰਸਟਿੰਗ ਐਕਟੀਵਿਟੀ ਫਾਰ ਮੀ ਮੈਨੂੰ ਸ਼ੋਪਿੰਗ ਦਾ ਬਹੁਤ ਸ਼ੌਕ ਹੈ ਪੈਸ਼ਨੇਟ ਐਮ ਹਾਂ ਇਸਦੇ ਬਾਰੇ ਕਿਉਂਕਿ ਮੈਨੂੰ ਐਕਸਪਲੋਰ ਕਰਨਾ ਨਵੀਆਂ ਚੀਜ਼ਾਂ ਪਸੰਦ ਆ ਤੇ ਇਹ ਮੇਰੇ ਲਈ ਇੱਕ ਇੰਟਰਸਟਿੰਗ ਐਕਟੀਵਿਟੀ ਹੈ ਬਟ ਟੂਡੇ ਆਮ ਗੋਇੰਗ ਟੂ ਟਾਕ ਅਬਾਊਟ ਅ ਪ੍ਰੋਬਲਮ ਵਿਚ ਆਈ ਹੈਡ ਵਾਈਲ ਸ਼ੋਪਿੰਗ ਪਰ ਅੱਜ ਮੈਂ ਉਸ ਟਾਈਮ ਬਾਰੇ ਗੱਲ ਕਰਨ ਜਾ ਰਹੀ ਹਾਂ ਜਦੋਂ ਮੈਨੂੰ ਇੱਕ ਪ੍ਰੋਬਲਮ ਫੇਸ ਕੀਤੀ It happened 6 months ago when my friends visited my home and uh, we decided to visit Chandigarh next week. ਇਹ 6 ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਮੇਰੇ ਫਰੈਂਡਸ ਨੇ ਸਾਡੇ ਘਰ ਆਏ ਉਹ ਤੇ ਅਸੀਂ ਡਿਸਾਈਡ ਕੀਤਾ ਕਿ ਚੰਡੀਗੜ੍ਹ ਜਾਣਾ ਨੈਕਸਟ ਵੀਕ। As I am fond of photography so I went to the market in order to buy a camera. ਜਿਵੇਂ ਕਿ ਮੈਨੂੰ ਫੋਟੋਗ੍ਰਾਫੀ ਦਾ ਸ਼ੌਕ ਹੈ ਸੋ ਮੈਂ ਮਾਰਕੀਟ ਦੇ ਵਿੱਚ ਗਿਆ ਤੇ ਕੈਮਰਾ ਖਰੀਦਣ ਦੇ ਲਈ. When I entered the shop I got surprised to see the huge crowd of people there. ਜਦੋਂ ਮੈਂ ਉੱਥੇ ਐਂਟਰ ਕੀਤਾ ਸ਼ੌਪ ਦੇ ਵਿੱਚ ਮੈਂ ਬਹੁਤ ਸਰਪ੍ਰਾਈਜ਼ ਹੋਇਆ ਕਿਉਂਕਿ ਉੱਥੇ ਬਹੁਤ ਸਾਰਾ ਕਰਾਊਡ ਸੀਗਾ ਲੋਕਾਂ ਦਾ ਸ਼ੌਪਕੀਪਰ ਵਾਸ ਅਟੈਂਡਿੰਗ ਹਿਸ ਕਸਟਮਰਸ ਐਂਡ ਹੀ ਵਾਸ ਲੂਕਿੰਗ ਵੈਰੀ ਬਿਜ਼ੀ ਐਂਡ ਆਈ ਟੋਲਡ ਹਿਮ ਟੂ ਸ਼ੋ ਮਾਈ ਡਿਜ਼ਾਇਰਡ ਪ੍ਰੋਡਕਟ ਹੀ ਰਿਕੁਐਸਟਡ ਮੀ ਟੂ ਬੇਟ ਫਾਰ ਸਮ ਟਾਈਮ ਸ਼ੌਪਕੀਪਰ ਬਹੁਤ ਬਿਜ਼ੀ ਜਿਹੜਾ ਅਟੈਂਡ ਕਰ ਰਿਹਾ ਸੀ ਆਪਣੇ ਕਸਟਮਰਸ ਨੂੰ ਤੇ ਬਹੁਤ ਬਿਜ਼ੀ ਲੱਗ ਰਿਹਾ ਸੀ ਤੇ ਮੈਂ ਉਸ ਨੂੰ ਆਪਣੇ ਡਿਜ਼ਾਇਰਡ ਪ੍ਰੋਡਕਟ ਸ਼ੋ ਕਰਨਾ ਦਿਖਾਉਣ ਬਾਰੇ ਕਿਹਾ ਬਟ ਉਹਨੇ ਮੈਨੂੰ ਰਿਕੁਐਸਟ ਕੀਤੀ ਕਿ ਥੋੜਾ ਟਾਈਮ ਵੇਟ ਕਰੋ ਆਈ ਅੰਡਰਸਟੂਡ ਹਿਸ ਸਿਚੁਏਸ਼ਨ ਐਸ ਰੈਸਟ ਆਫ ਦਾ ਸਟਾਫ ਵਾਸ ਔਨ ਲੀਵ ਥੈਟ ਡੇ ਸੋ ਮੈਂ ਉਸ ਦੀ ਸਿਚੁਏਸ਼ਨ ਨੂੰ ਸਮਝਿਆ ਤੇ ਕਿਉਂਕਿ ਉਹਨਾਂ ਦਾ ਜਿਹੜਾ ਸਟਾਫ ਸੀਗਾ ਰੈਸਟ ਆਫ ਦਾ ਸਟਾਫ ਉਹ ਲੀਵ ਤੇ ਸੀ ਉਸ ਦਿਨ ਬਟ ਆਫਟਰ ਹਾਫ ਐਨ ਆਰ ਹੀ ਡਿਡਨਟ ਪੇ ਅਟੈਂਸ਼ਨ ਟੂ ਮੀ ਪਰ ਇੱਕ ਅੱਧੇ ਘੰਟੇ ਬਾਅਦ ਵੀ ਉਸਨੇ ਮੇਰੇ ਵੱਲ ਕੋਈ ਅਟੈਂਸ਼ਨ ਨਹੀਂ ਦਿੱਤੀ then i decided to leave that shop but then he started showing me camera par uh, ਮੈਂ ਡਿਸਾਈਡ ਕੀਤਾ ਕਿ ਮੈਂ ਉਹ ਜਿਹੜਾ ਸ਼ਾਪ ਆ ਉਹ ਛੱਡਣ ਦਾ ਪਰ ਉਸਨੇ ਫਿਰ ਮੈਨੂੰ ਕੈਮਰਾ ਦਿਖਾਇਆ ਹਾਊ ਐਵਰ ਹੀ ਡਿਡਨਟ ਟੈਲ ਮੀ ਦਾ ਫੀਚਰਸ ਆਫ ਦੈਟ ਕੈਮਰਾ ਆਈ ਵਾਸ ਫਿਊਰਿਅਸ ਐਟ ਦੈਟ ਟਾਈਮ ਪਰ ਉਸਨੇ ਕੋਈ ਵੀ ਮੈਨੂੰ ਉਹਦੇ ਫੀਚਰਸ ਬਾਰੇ ਨਹੀਂ ਦੱਸਿਆ ਕੈਮਰੇ ਦੇ ਬਾਰੇ ਸੋ ਮੈਂ ਬਹੁਤ ਜ਼ਿਆਦਾ ਗੁੱਸੇ ਸੀ ਉਸ ਟਾਈਮ ਆਈ ਜਸਟ ਬੌਟ ਇਟ ਐਂਡ ਪੇਡ ਦਾ ਬਿਲ ਐਂਡ ਲੈਫਟ ਦਾ ਸ਼ਾਪ ਸੋ ਮੈਂ ਉਹ ਖਰੀਦਿਆ ਤੇ ਮੈਂ ਬਿਲ ਪੇ ਕੀਤਾ ਐਂਡ ਮੈਂ ਉਹ ਸ਼ਾਪ ਨੂੰ ਉੱਥੋਂ ਛੱਡਿਆ ਐਸ ਪਰ ਐਸ ਮਾਈ ਫੀਲਿੰਗਸ ਆਰ ਕਨਸਰਨਡ ਆਈ ਫੈਲਟ ਕੁਆਇਟ ਡਿਸਪਾਇੰਟਡ ਬਾਈ ਦਾ ਸਰਵਿਸ ਵਿਚ ਆਈ ਗ ਜੇਕਰ ਮੈਂ ਮੇਰੀਆਂ ਫੀਲਿੰਗਸ ਦੀ ਗੱਲ ਕਰਾਂ ਤਾਂ ਮੈਂ ਬਹੁਤ ਡਿਸਐਪੁਆਇੰਟਡ ਫੀਲ ਕੀਤਾ ਉਹਨਾਂ ਦੀ ਸਰਵਿਸ ਤੋਂ ਜੋ ਕਿ ਮੈਂ ਸ਼ਾਪਿੰਗ ਦੇ ਦੌਰਾਨ ਪ੍ਰਾਪਤ ਕੀਤੀ ਆਈ ਬੇਸਟਡ ਮਾਈ ਵੈਲਿਊਏਬਲ ਟਾਈਮ ਵਿਚ ਆਈ ਕੁਡ ਬੀ ਸਪੈਂਟ ਔਨ ਮਾਈ ਆਦਰ ਇੰਪੋਰਟੈਂਟ ਟਾਸਕਸ ਕਿਉਂਕਿ ਮੈਂ ਆਪਣਾ ਜਿਹੜਾ ਵੈਲਿਊਏਬਲ ਟਾਈਮ ਸੀਗਾ ਕੀਮਤੀ ਟਾਈਮ ਉੱਥੇ ਬਰਬਾਦ ਕੀਤਾ ਜੋ ਕਿ ਮੈਂ ਹੋਰ ਆਪਦੇ ਇੰਪੋਰਟੈਂਟ ਟਾਸਕਸ ਤੇ ਵੀ ਸਪੈਂਡ ਕਰ ਸਕਦਾ ਸੀ ਸੋ ਦੈਟ ਵਾਸ ਅ ਟਾਈਮ ਵੈਨ ਆਈ ਹੈਡ ਅ ਪ੍ਰੋਬਲਮ ਵਾਈਲ ਵਾਇੰਗਾ ਕੈਮਰਾ ਸੋ ਇੱਕ ਟਾਈਮ ਸੀਗਾ ਜਦੋਂ ਮੈਨੂੰ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ ਜਦੋਂ So guys, that's all. Thanks for watching my video.